ਵਿਜੇ ਠਾਕੁਰ ਨਾਮ ਮੇਰਾ। ਕੀ ਗੱਲਬਾਤ ਹੋਈ ਆ ਸਰ? ਸਵੇਰੇ ਵਾਲ ਕਟਾਉਣ ਆਏ ਮੇਰੇ ਦੁਕਾਨ 'ਤੇ ਉਹਦੇ ਬਾਅਦ ਵਾਲ ਕੱਟਿਆ ਗਿਆ ਸੀ, ਅਤੇ ਉਹਦੇ ਬਾਅਦ ਉਹਨਾਂ ਨੇ ਮਤਲਬ ਦੋ ਤਿੰਨ ਗਾਹਕ ਹੋਰ ਬੈਠੇ ਸੀ, ਅਤੇ ਉਹ ਮੁੰਡਾ ਆਇਆ ਵਾ ਇੱਕ ਲੋਈ ਦੀ ਬੁੱਕਲ ਮਾਰਿਆ ਸੀ, ਅਤੇ ਉਹਦੇ ਬਾਅਦ ਉਹਨੇ ਕੀ ਕੀਤਾ ਜੇ ਵੀ ਮੈਨੂੰ ਆਣ ਕੇ ਪੁੱਛਿਆ ਜੀ ਵੀ ਕਿੰਨੇ ਕੁ ਨੰਬਰ ਆ, ਮੈਂ ਕੀ ਕਰਾਂ ਉਹਨਾਂ ਤੋਂ, ਆਉਂਦਾ ਦਾੜੀ ਕਟਾਉਣੀ ਹੈ, ਅਤੇ ਮੈਂ ਜੇ ਮੇਰੇ ਤੋਂ ਇੱਕ ਨੰਬਰ ਆ ਟਾਈਮ ਲੱਗਣਾ, ਕਹਿੰਦਾ ਠੀਕ ਹੈ। ਉੱਥੇ ਖਲੋਤਾ ਰਿਹਾ, ਅਤੇ ਜਦੋਂ ਸਰਪੰਚ ਜੀ ਵਾਲ ਬੁੱਲ ਕਟਾ ਲਏ ਆ, ਕਟਾ ਕੇ ਕੁਰਸੀ ਤੋਂ ਉੱਠ ਕੇ ਸਾਈਡ 'ਚ ਥੋੜ੍ਹੇ ਜਿਹੇ ਆਏ ਨੇ, ਅਤੇ ਉਹਨੇ ਗੋਲੀ ਮਾਰ ਕੇ ਅਤੇ ਬਾਹਰ ਭੱਜ ਗਿਆ। ਬਾਹਰ ਭੱਜ ਜੀ? ਨਹੀਂ ਸਰ, ਮੈਂ ਨਹੀਂ ਕਦੀ ਵੇਖਿਆ। ਉਦੋਂ ਲਗਭਗ 7-8 ਜਣੇ ਹੋਣੇ ਆ ਦੁਕਾਨ 'ਤੇ, ਦੋ ਗੋਲੀਆਂ ਚਲਾਈਆਂ ਸਰ। ਮੇਰੇ ਅੰਦਰ ਇੱਕੋ ਬੰਦਾ ਆਇਆ ਜਿਹਨੇ ਗੋਲੀ ਚਲਾਇਆ, ਬਾਕੀ ਕਸਟਮਰ ਸੀ ਰੈਗੂਲਰ ਜੀ। ਸਰ ਸਰਪੰਚ ਉੱਥੇ ਮੌਕੇ ਡਿੱਗ ਪਏ, ਮੁੜ ਕੇ ਅਸੀਂ ਸਾਰੇ ਜਣੇ ਚੌਕੇ 'ਤੇ ਉਹਨਾਂ ਦੇ ਗੱਡੀ 'ਚ ਪਾਇਆ ਹਾਂ। ਉਹਨਾਂ ਦੇ ਨਾਲ ਉਹਨਾਂ ਦਾ ਹੀ ਮਿੱਤਰ ਮਲਕੀਤ ਭਲਵਾਨ ਸੀ। ਵਿਜੇ ਠਾਕੁਰ ਨਾਮ ਮੇਰਾ। ਕੀ ਗੱਲਬਾਤ ਹੋਈ ਆ ਸਰ? ਸਵੇਰੇ ਵਾਲ ਕਟਾਉਣ ਆਏ ਮੇਰੇ ਦੁਕਾਨ 'ਤੇ ਉਹਦੇ ਬਾਅਦ ਵਾਲ ਕੱਟਿਆ ਗਿਆ ਸੀ, ਅਤੇ ਉਹਦੇ ਬਾਅਦ ਉਹਨਾਂ ਨੇ ਮਤਲਬ ਦੋ ਤਿੰਨ ਗਾਹਕ ਹੋਰ ਬੈਠੇ ਸੀ, ਅਤੇ ਉਹ ਮੁੰਡਾ ਆਇਆ ਵਾ ਇੱਕ ਲੋਈ ਦੀ ਬੁੱਕਲ ਮਾਰਿਆ ਸੀ, ਅਤੇ ਉਹਦੇ ਬਾਅਦ ਉਹਨੇ ਕੀ ਕੀਤਾ ਜੇ ਵੀ ਮੈਨੂੰ ਆਣ ਕੇ ਪੁੱਛਿਆ ਜੀ ਵੀ ਕਿੰਨੇ ਕੁ ਨੰਬਰ ਆ, ਮੈਂ ਕੀ ਕਰਾਂ ਉਹਨਾਂ ਤੋਂ, ਆਉਂਦਾ ਦਾੜੀ ਕਟਾਉਣੀ ਹੈ, ਅਤੇ ਮੈਂ ਜੇ ਮੇਰੇ ਤੋਂ ਇੱਕ ਨੰਬਰ ਆ ਟਾਈਮ ਲੱਗਣਾ, ਕਹਿੰਦਾ ਠੀਕ ਹੈ। ਉੱਥੇ ਖਲੋਤਾ ਰਿਹਾ, ਅਤੇ ਜਦੋਂ ਸਰਪੰਚ ਜੀ ਵਾਲ ਬੁੱਲ ਕਟਾ ਲਏ ਆ, ਕਟਾ ਕੇ ਕੁਰਸੀ ਤੋਂ ਉੱਠ ਕੇ ਸਾਈਡ 'ਚ ਥੋੜ੍ਹੇ ਜਿਹੇ ਆਏ ਨੇ, ਅਤੇ ਉਹਨੇ ਗੋਲੀ ਮਾਰ ਕੇ ਅਤੇ ਬਾਹਰ ਭੱਜ ਗਿਆ। ਬਾਹਰ ਭੱਜ ਜੀ? ਨਹੀਂ ਸਰ, ਮੈਂ ਨਹੀਂ ਕਦੀ ਵੇਖਿਆ। ਉਦੋਂ ਲਗਭਗ 7-8 ਜਣੇ ਹੋਣੇ ਆ ਦੁਕਾਨ 'ਤੇ, ਦੋ ਗੋਲੀਆਂ ਚਲਾਈਆਂ ਸਰ। ਮੇਰੇ ਅੰਦਰ ਇੱਕੋ ਬੰਦਾ ਆਇਆ ਜਿਹਨੇ ਗੋਲੀ ਚਲਾਇਆ, ਬਾਕੀ ਕਸਟਮਰ ਸੀ ਰੈਗੂਲਰ ਜੀ। ਸਰਪੰਚ ਉੱਥੇ ਮੌਕੇ ਡਿੱਗ ਪਏ, ਮੁੜ ਕੇ ਅਸੀਂ ਸਾਰੇ ਜਣੇ ਚੌਕੇ 'ਤੇ ਉਹਨਾਂ ਦੇ ਗੱਡੀ 'ਚ ਪਾਇਆ ਹਾਂ। ਉਹਨਾਂ ਦੇ ਨਾਲ ਉਹਨਾਂ ਦਾ ਹੀ ਮਿੱਤਰ ਮਲਕੀਤ ਭਲਵਾਨ ਸੀ। ਵਿਜੇ ਠਾਕੁਰ ਨਾਮ ਮੇਰਾ। ਕੀ ਗੱਲਬਾਤ ਹੋਈ ਆ ਸਰ? ਸਵੇਰੇ ਵਾਲ ਕਟਾਉਣ ਆਏ ਮੇਰੇ ਦੁਕਾਨ 'ਤੇ ਉਹਦੇ ਬਾਅਦ ਵਾਲ ਕੱਟਿਆ ਗਿਆ ਸੀ, ਅਤੇ ਉਹਦੇ ਬਾਅਦ ਉਹਨਾਂ ਨੇ ਮਤਲਬ ਦੋ ਤਿੰਨ ਗਾਹਕ ਹੋਰ ਬੈਠੇ ਸੀ, ਅਤੇ ਉਹ ਮੁੰਡਾ ਆਇਆ ਵਾ ਇੱਕ ਲੋਈ ਦੀ ਬੁੱਕਲ ਮਾਰਿਆ ਸੀ, ਅਤੇ ਉਹਦੇ ਬਾਅਦ ਉਹਨੇ ਕੀ ਕੀਤਾ ਜੇ ਵੀ ਮੈਨੂੰ ਆਣ ਕੇ ਪੁੱਛਿਆ ਜੀ ਵੀ ਕਿੰਨੇ ਕੁ ਨੰਬਰ ਆ, ਮੈਂ ਕੀ ਕਰਾਂ ਉਹਨਾਂ ਤੋਂ, ਆਉਂਦਾ ਦਾੜੀ ਕਟਾਉਣੀ ਹੈ, ਅਤੇ ਮੈਂ ਜੇ ਮੇਰੇ ਤੋਂ ਇੱਕ ਨੰਬਰ ਆ ਟਾਈਮ ਲੱਗਣਾ, ਕਹਿੰਦਾ ਠੀਕ ਹੈ। ਉੱਥੇ ਖਲੋਤਾ ਰਿਹਾ, ਅਤੇ ਜਦੋਂ ਸਰਪੰਚ ਜੀ ਵਾਲ ਬੁੱਲ ਕਟਾ ਲਏ ਆ, ਕਟਾ ਕੇ ਕੁਰਸੀ ਤੋਂ ਉੱਠ ਕੇ ਸਾਈਡ 'ਚ ਥੋੜ੍ਹੇ ਜਿਹੇ ਆਏ ਨੇ, ਅਤੇ ਉਹਨੇ ਗੋਲੀ ਮਾਰ ਕੇ ਅਤੇ ਬਾਹਰ ਭੱਜ ਗਿਆ। ਬਾਹਰ ਭੱਜ ਜੀ? ਨਹੀਂ ਸਰ, ਮੈਂ ਨਹੀਂ ਕਦੀ ਵੇਖਿਆ। ਉਦੋਂ ਲਗਭਗ 7-8 ਜਣੇ ਹੋਣੇ ਆ ਦੁਕਾਨ 'ਤੇ, ਦੋ ਗੋਲੀਆਂ ਚਲਾਈਆਂ ਸਰ। ਮੇਰੇ ਅੰਦਰ ਇੱਕੋ ਬੰਦਾ ਆਇਆ ਜਿਹਨੇ ਗੋਲੀ ਚਲਾਇਆ, ਬਾਕੀ ਕਸਟਮਰ ਸੀ ਰੈਗੂਲਰ ਜੀ। ਸਰਪੰਚ ਉੱਥੇ ਮੌਕੇ ਡਿੱਗ ਪਏ, ਮੁੜ ਕੇ ਅਸੀਂ ਸਾਰੇ ਜਣੇ ਚੌਕੇ 'ਤੇ ਉਹਨਾਂ ਦੇ ਗੱਡੀ 'ਚ ਪਾਇਆ ਹਾਂ। ਉਹਨਾਂ ਦੇ ਨਾਲ ਉਹਨਾਂ ਦਾ ਹੀ ਮਿੱਤਰ ਮਲਕੀਤ ਭਲਵਾਨ ਸੀ।